ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ। ਪਹਿਲਾਂ ਤਾਂ ਵੀਡੀਓ ਬਹੁਤ ਟਾਈਮ ਬਾਅਦ ਆ ਰਹੀ ਆ ਅਤੇ ਫਾਈਨਲੀ ਜਿਹੜੇ ਤਾਂ ਨਾਲ ਸੀ ਉਹਨਾਂ ਨੂੰ ਤਾਂ ਪਤਾ ਸੀਗਾ, ਬਾਕੀ ਨੂੰ ਮੈਂ ਦੱਸ ਦਿਓ ਵੀ ਮੈਂ USA ਪਹੁੰਚ ਗਿਆ ਸੀਗਾ। ਮੈਂ ਇੱਥੇ ਸਟੂਡੈਂਟ ਵੀਜ਼ੇ 'ਤੇ ਆਇਆ ਵਾਂ ਅਤੇ ਕਰੰਟਲੀ ਮੇਰੀ ਯੂਨੀਵਰਸਿਟੀ ਹੈਗੀ ਆ ਪਰਡਿਊ, ਲਾਈਕ ਵਨ ਆਫ ਦਾ ਟੋਪ ਯੂਨੀਵਰਸਿਟੀਜ਼ ਆਫ US ਆ। ਮੇਰਾ ਕੈਂਪਸ ਹੈਗਾ ਨੌਰਥ ਵੈਸਟ, ਇਹ ਪੈਂਦਾ ਵਾ ਸ਼ਿਕਾਗੋ ਦੇ ਨੇੜੇ, ਸ਼ਿਕਾਗੋ ਦੇ ਨੇੜੇ ਇੱਕ ਮਨਸਟਰ ਸਿਟੀ ਉਹਦੇ ਵਿੱਚ ਪੈਂਦਾ ਵਾ। ਸੋ ਹੁਣ ਆਪਣੀ ਵੀਡੀਓਜ਼ ਕੰਟੀਨਿਊਸ ਇਸ ਟੋਪਿਕ ਦੇ US ਦੇ ਰਿਲੇਟਡ ਹੀ ਆਇਆ ਕਰਨਗੀਆਂ, ਟਰਾਈ ਕਰੂੰਗਾ ਮੈਂ। ਅਤੇ ਅੱਜ ਤੁਹਾਨੂੰ ਮੈਂ ਆਪਦੀ ਯੂਨੀਵਰਸਿਟੀ ਦਾ ਟੂਰ ਕੈਂਪਸ ਟੂਰ ਦਿੰਦਾ। ਬਹੁਤ ਵੱਡੀ ਯੂਨੀਵਰਸਿਟੀ ਆ, ਮਤਲਬ ਆਪਣੇ ਕਹਿ ਲਈਏ ਵੀ ਅੱਧੇ ਪਿੰਡ ਜਿੱਡੀ ਆ, ਸਭ ਕੁਛ ਹੈਗਾ ਇੱਥੇ, ਜਿੰਮ ਸਭ ਐਵਰੀਥਿੰਗ ਇਜ਼ ਲਾਈਕ ਵੀ ਹੈਗੀ ਇੱਥੇ, ਹੈ ਨਾ। ਸੋ ਤੁਹਾਨੂੰ ਨਾਲ ਦੇ ਨਾਲ ਦਿਖਾਉਂਦੇ ਹਾਂ ਥੋੜ੍ਹਾ ਐਕਸਪੀਰੀਅੰਸ। ਆ ਗਿਆ ਯੂਨੀਵਰਸਿਟੀ ਦਾ ਮੈਪ, ਤੁਸੀਂ ਮੈਪ ਦੇਖ ਕੇ ਹਿਸਾਬ ਲਓ ਵੀ ਕਿੱਡਾ ਵੱਡਾ ਮੈਪ ਆ। ਆਹ ਸਾਰਾ ਇੱਥੋਂ ਦਾ ਮੈਪ ਹੈ ਯੂਨੀਵਰਸਿਟੀ ਦਾ। ਆ ਯੂਨੀਵਰਸਿਟੀ ਸਰਵਿਸ ਸੈਂਟਰ ਆ ਗਿਆ, ਸੈਂਟਰਲ ਹੀਟਿੰਗ, ਉੱਥੇ ਮਤਲਬ ਵੀ ਹੋ ਕੁਛ ਬਣਿਆ ਬਣਿਆ ਹਜੇ, ਮੈਂ ਵੀ ਬਹੁਤੀ ਗਿਆ ਨਹੀਂ ਗਾ। ਕਲਾਸਰੂਮ ਬਿਲਡਿੰਗ ਐਂਡ ਡਿਸਪੋਰਟਿੰਗ, ਆਪਾਂ ਇੱਥੇ ਹੀ ਫਿਰਦੇ ਹਾਂ ਇੱਥੇ। ਆਹ ਸਾਰਾ ਲਾਇਬ੍ਰੇਰੀ ਆ ਗਈ, ਤੁਹਾਨੂੰ ਮੈਂ ਦਿਖਾਉਂਦਾ ਇਕੱਲੀ ਇਕੱਲੀ ਚੀਜ਼ ਇਹਦੇ ਵਿੱਚ ਸਭ ਕੁਛ ਆ। ਇੱਥੇ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਕਰਾਂਗੇ ਫਿਟਨੈਸ ਸੈਂਟਰ ਤੋਂ। ਇੱਥੇ ਫਿਟਨੈਸ ਸੈਂਟਰਾਂ ਵਿੱਚ ਗੋਲਫ ਕਲੱਬ ਆ, ਬੈਡਮਿੰਟਨ ਵਾਸਤੇ ਆ, ਤੁਹਾਡੇ ਸਟ੍ਰੈਚਿੰਗ ਵਾਸਤੇ ਆ, ਬਾਸਕਟਬਾਲ ਹੈ। ਸੋ ਸਭ ਤੋਂ ਪਹਿਲਾਂ ਤੁਹਾਨੂੰ ਲੈ ਕੇ ਜਾਂਦੇ ਜਿੰਮ ਦੇ ਅੰਦਰ। ਆ ਜਾਓ ਦਿਖਾਓ ਮਾੜੀ ਜਿਹੀ ਜਿੰਮ। ਹਾਂ, ਸਾਡੀ ਯੂਨੀਵਰਸਿਟੀ ਦਾ ਜਿੰਮ ਆ, ਕੋਈ ਵੀ ਆ ਸਕਦਾ, ਮਤਲਬ ਜਿਹਦੇ ਕੋਲ ਸਟੂਡੈਂਟ ਆਈਡੀ ਕਾਰਡ ਹੈਗਾ, ਆ ਕੇ ਇਹਦੀ ਐਕਸਰਸਾਈਜ਼ ਵਗੈਰਾ ਕਰੇ, ਸਭ ਕੁਛ। ਆ ਸਾਡੀ ਯੂਨੀਵਰਸਿਟੀ ਦਾ ਲੋਗੋ, ਬਹੁਤ ਜਗ੍ਹਾ 'ਤੇ ਲੱਗਿਆ ਦੇਖੋ ਤੁਸੀਂ, ਸ਼ੇਰ ਦਾ ਲੋਗੋ। ਆ ਸਟ੍ਰੈਚਿੰਗ ਸੈਂਟਰ, ਥੈਰੇਪੀ ਥੁਰਪੀ ਵਗੈਰਾ ਜੇ ਕਿਸੇ ਨਾਲ ਨੂੰ ਚੜ੍ਹ ਜੇ। ਆ ਵੈਰੀ ਗੁੱਡ, ਵੈਰੀ ਗੁੱਡ, ਸਾਰੇ ਛੋਟ ਲੱਗ ਰਹੇ ਆ। ਆ ਗੋਲਫ ਕੋਰਸ ਆ, ਇਹ ਖੁੱਲ੍ਹਿਆ ਵਾ, ਚੱਲੀਏ ਅੰਦਰ ਦੀ, ਖੁੱਲ੍ਹਿਆ ਖੁੱਲ੍ਹਿਆ, ਆ ਜਾ ਆ ਜਾ ਆ ਜਾ ਆ ਜਾ, ਗੋਲਫ ਖੇਡਦੇ ਆਪਾਂ, ਤੈਨੂੰ ਮੈਂ ਖੇਡਣਾ ਸਿਖਾਵਾਂ, ਲੈਟ ਰੂੜੀ ਗਾਦੀ ਕਿੱਥੇ ਜਗਣੀ ਆ ਯਾਰ, ਨੱਪ ਦਈਏ ਜਗ ਪੇ, ਲੈਟਾਂ ਵੀ ਪੁੱਠੀਆਂ ਇਹਨਾਂ ਦੀਆਂ, ਚਲ ਆ ਤੈਨੂੰ ਮੈਂ ਖੇਡਣਾ ਸਿਖਾਵਾਂ ਅੱਜ। ਹੁਣ ਆ ਮੇਰੇ ਸਾਈਡ 'ਤੇ ਦਿਖਾਓ ਮਾੜਾ, ਇਹ ਹੈਗੀ ਅਕੋਮੋਡੇਸ਼ਨ, ਇੱਥੇ ਯੂਨੀਵਰਸਿਟੀ ਦੀਆਂ ਖੁਦ ਦੀਆਂ ਅਕੋਮੋਡੇਸ਼ਨਸ ਹੈਗੀਆਂ ਵਾ, ਜਿਹੜਾ ਡੋਮਸ ਕਹਿੰਦੇ ਆ ਆਪਣੇ ਇੰਡੀਆ, ਜਿਵੇਂ ਹੋਸਟਲ ਕਹਿ ਦਿੰਦੇ, ਇੱਥੇ ਡੋਮਸ ਕਹਿੰਦੇ ਆ। ਜੇਕਰ ਕਿਸੇ ਨੇ ਪਰਡਿਊ ਨੌਰਥ ਵੈਸਟ ਵਿੱਚ ਇੱਥੇ ਰਹਿਣਾ ਹੋਵੇ ਤਾਂ ਇਹ ਵੀ ਇੱਕ ਬੈਟਰ ਆਪਸ਼ਨ ਆ। ਇਹਦੇ 'ਚ ਕੀ ਵੀ ਆਪਣੀ ਪੂਰੇ ਸਮੈਸਟਰ ਦੀ ਫੀਸ ਲੈਂਦੀ ਆ, ਲੈਂਦੇ ਆ ਉਹ $3,000 ਆ, ਅਤੇ ਉਹ ਛੱਡ $3,000 ਆ, ਅਤੇ 600 ਕੁ ਮੰਥਲੀ ਐਵਰੇਜ ਹੁੰਦੀ ਆ। ਬਟ ਇਹਦੇ 'ਚ ਨਾ ਜਿਹੜੀਆਂ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਆ ਵੀ ਇਹਦੇ 'ਚ ਜਿਹੜੀਆਂ ਇਹਦੀਆਂ ਰਿਕੁਆਇਰਮੈਂਟਸ ਉਹ ਜ਼ਿਆਦਾ ਵਾ। ਚਲੋ ਬਾਕੀ ਤਾਂ ਆਪਾਂ, ਇੱਕ ਤਾਂ ਆਪਾਂ ਨੂੰ ਫਸਟ ਆਫ ਆਲ $3,000 ਡਿਪੋਜ਼ਿਟ ਸਬਮਿਟ ਕਰਨਾ ਪੈਂਦਾ ਵਾ, ਦੂਸਰੀ ਇਹਦੇ ਇਮਿਊਨਾਈਜੇਸ਼ਨ ਦੀ ਜਿਹੜੀ ਆਪਣੀ ਮੈਡੀਕਲ ਹੋ ਗਈ, ਜਿਵੇਂ ਵੈਕਸੀਨੇਸ਼ਨ ਹੋ ਗਈ ਕੋਵਿਡ ਦੀ, ਹੋ ਗਈ ਪੀਲੀਆ, ਡਾਇਰੀਆ, ਜਿਵੇਂ ਇੱਦਾਂ ਦੀ ਵੈਕਸੀਨੇਸ਼ਨ, ਉਹ ਜੇ ਤੁਸੀਂ ਇੰਡੀਆ ਤੋਂ ਹੀ ਕਰਵਾ ਲਵੋ ਵੀ, ਜਦੋਂ ਇੱਕ ਵਾਰੀ ਆਉਣ ਤੋਂ ਪਹਿਲਾਂ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਲਓ ਵੀ ਕੀ ਰਿਕੁਆਇਰਮੈਂਟਸ ਆ, ਉਹਨਾਂ ਨੂੰ ਤੁਸੀਂ ਜੇ ਇੰਡੀਆ ਤੋਂ ਕਰਵਾ ਲਓ ਤਾਂ ਜ਼ਿਆਦਾ ਬੈਟਰ ਆ, ਅਤੇ ਨਹੀਂ ਤਾਂ ਇੱਥੇ ਐਕਸਪੈਂਸਿਵ ਬਹੁਤ ਤੁਹਾਨੂੰ ਮੈਡੀਕਲ ਦਾ ਪਤਾ ਹੀ ਆ। ਬਾਕੀ ਉੱਦਾਂ ਪੂਰੇ ਵਧੀਆ ਨੀਟ ਐਂਡ ਕਲੀਨ ਆ, 1 BHK ਹੁੰਦਾ ਆਪਣੇ ਕੋਲ, ਡਨ। ਇਹ ਫਰੈਂਡ ਸੇ ਹਾਏ, ਹੈਲੋ, ਇਹ ਹਰਿਆਣੇ ਤੋਂ ਆ, ਇਹ ਵੀ ਇੱਥੇ ਅੰਡਰਗ੍ਰੈਡਸ 'ਚ ਆਇਆ ਵਾ, ਅੰਡਰਗ੍ਰੈਡਸ ਮੀਨਸ ਬੈਚਲਰਸ ਕਹਿ ਦਿੰਦੇ ਇੱਧਰ, ਅਤੇ ਰੂਮਮੇਟ ਆ ਮੇਰਾ, ਇਹ ਕੰਪਿਊਟਰ ਸਾਇੰਸ ਕਰਦਾ ਇੱਥੇ। ਹੈਲੋ ਗਾਇਸ, ਸਾਡੇ ਵੀ ਇੱਥੇ ਹੈਗਾ ਵਾ, ਆ ਸਟੋਪ ਦਾ ਸਾਈਨ ਆ ਗਿਆ। ਆ ਯੂਨੀਵਰਸਿਟੀ ਦੀ ਪਾਰਕਿੰਗ ਆ, ਇਹਦੇ ਜਿਵੇਂ ਅਲੱਗ ਅਲੱਗ ਬਿਲਡਿੰਗ ਦੇ ਹਿਸਾਬ ਨਾਲ ਪਾਰਕਿੰਗ, ਜਿਵੇਂ ਬਾਹਰਲਾ ਏਰੀਆ ਆ ਗਿਆ, ਇੱਕ ਪਾਰਕਿੰਗ ਇੱਧਰ ਦੀ ਸਾਈਡ ਆ, ਇੱਧਰ ਪਾਰਕਿੰਗ ਆ, ਉਹ ਸਾਹਮਣੇ ਯੂਨੀਵਰਸਿਟੀ ਦਾ ਮੇਨ ਕੈਂਪ ਬਿਲਡਿੰਗ ਆ, ਅਤੇ ਇੱਕ ਵਾਰੀ ਬੈਕ ਸਾਈਡ 'ਤੇ ਨਵੀਂ ਬਿਲਡਿੰਗ, ਉਹ ਅਲੱਗ ਅਲੱਗ ਬਿਲਡਿੰਗ, ਅਲੱਗ ਅਲੱਗ ਕਲਾਸਿਸ ਆ, ਉੱਥੇ ਹੋਰ ਪਾਰਕਿੰਗ ਆ। ਜਿਹੜੇ ਆਪਾਂ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ ਉਹਨਾਂ ਵਾਸਤੇ ਜਿਹੜੀ ਆ ਬਿਲਡਿੰਗ ਆ, ਸਾਹਮਣੇ ਲੋਸ਼ੇ ਲਿਖੇ, ਲੋਸ਼ੇ ਕਹਿੰਦੇ ਨੇ, ਇਹ ਇੰਪੋਰਟੈਂਟ ਆ। ਇੱਥੇ ਕੀ ਆ ਵੀ ਜਦੋਂ ਤੁਸੀਂ ਆਉਂਦੇ ਆ, ਸਭ ਤੋਂ ਪਹਿਲਾਂ ਇਹਦੇ 'ਚ ਹੀ ਆਪਣੀ ਅਕੋਮੋਡੇਸ਼ਨ ਦਾ ਹੋਣਾ ਵਾ ਤੁਹਾਨੂੰ ਫਸਟ ਟਾਈਮ, ਇਹਦੇ ਵਿੱਚ ਹੀ ਤੁਹਾਡੇ ਜਿਹੜੀਆਂ ਇੰਟਰਨੈਸ਼ਨਲ ਸਟੂਡੈਂਟ ਸਰਵਿਸ ਆ ਉਹਨਾਂ ਬਾਰੇ, ਠੀਕ ਆ, ਇੱਥੇ ਆਫਿਸ ਆ, ਅਤੇ ਇੱਥੇ ਫੀਸ ਵਗੈਰਾ ਪੇ ਹੋਣੀ ਆ, ਅਤੇ ਸਭ ਤੋਂ ਪਹਿਲਾਂ ਇੱਥੇ ਆਉਣਾ, ਅਤੇ ਆਹ ਜੀ ਮੇਨ ਬਿਲਡਿੰਗ ਆ ਗਿਆ ਪਰਡਿਊ ਯੂਨੀਵਰਸਿਟੀ ਨੌਰਥ ਵੈਸਟ ਕੈਂਪਸ ਆ। ਇਹ ਬਾਇਓਲੋਜੀ ਦੀ ਬਿਲਡਿੰਗ ਆ, ਨਾਇਲ ਬਿਲਡਿੰਗ ਕਹਿੰਦੇ ਆ। ਸੈਕਿੰਡ ਮੋਸਟ ਇੰਪੋਰਟੈਂਟ ਬਿਲਡਿੰਗ ਆ ਉਹ ਹੈਗੀ ਆ ਸਟੂਡੈਂਟ ਯੂਨੀਅਨ ਲਾਇਬ੍ਰੇਰੀ, ਇੱਥੇ ਵੈਲਕਮ ਸੈਂਟਰ ਆ, ਤੁਹਾਡਾ ਆਈਡੈਂਟੀ ਕਾਰਡ ਵੀ ਇੱਥੋਂ ਇਸ਼ੂ ਹੋਣਾ ਵਾ,
बहुत कुछ है। लाइब्रेरी है उपर फस्ट फ्लोर से, उस उपर हॉल है जिसे इवेंट वगैरह ऑर्गेनाइज किए जाते हैं। इतने कैफे आ बैक साइड से लॉन्च है जिसे आप बैठ सकते हैं। कैफे के बहुत कुछ मैं तुम्हें दिखाने अगे अगे आ जाओ। कैफे दे विच ही अपना स्पोर्ट्स रूम भी हैगा वा, इत्थे दो आ छोटा वा, इहदे च सब खेड सकदे आ। एट बॉल पूल दूसरी इंपॉर्टेंट चीज इतने पी स्पोर्ट रूम आ पीसी आ सारे पीसी पे इतने गेम खेडो लाइव स्ट्रीमिंग करो कीबोर्ड भी वो सामने वाली बिल्डिंग पोटर हाल आ। पोटर हाल इतने जो अपने एकेडमिक एडवाइजर ने इतने ना हर एक स्टूडेंट नूं जिवें उहदे एकेडमिक एडवाइजर हुंदे ने भी कोई भी थोड़ी स्टडी रिगार्डिंग लाइक इनफॉर्मेशन आ जां तुसीं कुछ भी प्रॉब्लम आ तुसीं उहदे नाल गल करो। आ सामने गाइड बिल्डिंग आ जी वाई टी। गाइड बिल्डिंग च की आ भी इत्थे क्लासिस लगदियां ने भी अलग अलग तरह दी क्लासिस इत्थे ज़्यादातर लगदियां ने। बाकी यही आ सारी बिल्डिंग। बाकी यूनिवर्सिटी बहुत वड्डी आ काइंड ऑफ काफ़ी वड्डा एरिया वा तो जो कुछ रह गया वा अगे मैं अपडेट कर देंगे आप। जिहड़ियां मेन मेन गल्लां इत्थे ध्यान रखनी पहला फस्ट ऑफ ऑल तो अकोमोडेशन आ। अकोमोडेशन तो मैं दस ही दिता भी थोड़े को अपना 3000 डिपोजिट तो इम्यूनाइजेशन होनी चाहिए मैडिकली तुम मतलब वैक्सीनेटड होने चाहिए हो तो उस तो बिना तुम नहीं अलाउड है ना। तो उस तो बाद जी मेन गल इतनी ट्रांसपोर्टेशन की आँदी है इनू जो नेड़े एयरपोर्ट ला दो है शिकागो ओहर एयरपोर्ट आ शिकागो इंटरनेशनल एयरपोर्ट आ। उदे तो जो तुम यूनिवर्सिटी में आना वा टैक्सी भी लै सकते टैक्सी महंगी होंगी और कंपैरेटिव तुम मैट्रो लै सकते हैं। इतने जी मेन प्रॉब्लम यू एस पूरे ही आ भी इतने लोकल जिहड़ियां स्ट्रीट्स से है ना अपने जिवें बसा नहीं चलदी है या मैट्रो नहीं चलदी है। सिटी टू सिटी या टाउन टू टाउन कम्यूट हों वा तुम एयरपोर्ट तो मैट्रो लैके आना वा हैमंड हैमंड एच ए डबल एम ओ एन डी हैमंड आ जो या मनस्टर एम यू एन एस टी ई आर वो वैसे हैमंड ही आऊगी। उसे बस भी आँदी आ इतने ना ग्रे हाउंड बसा का नाम उन्होंने कंपनी सर्विस देती है। तुम उस बस से आ सकते हो या फिर मैट्रो चलती है। मैट्रो हैमंड तारूगी हैमंड तो तुम्हें दो बसा चेंज करनी हमने तो दो बसा चेंज करनी वा हैमंड तो उसे मैट्रो स्टेशन तर के एक बस तुम्हें वॉलमार्ट को जाके छूगी इतने लोकल हैगा वा तो उस तो बाद एक नवी बस स्टेशन स्टैंड तारूगी उतों एक नवी बस से यूनिवर्सिटी पढ़ी हो नॉर्थ वेस्ट आ जाऊंगी। बाकी इतने जरा मेन लोकल ट्रांसपोर्टेशन का वो क्या भी थोड़ा ज्यादा टैक्सी कैब करनी पैनी इतने उबर चलती है या लिफ्ट एल वाई एफ टी इन का आपका काइंड ऑफ हैगा वा वो चलते लिफ्ट वो काफ़ी वजिए चीप सर्विसिज है वा या फिर तुम इसे कार लो कार इतने दो तीन हज़ार डॉलर तीन चार हज़ार डॉलर की वजिया कार आ जाती है। बाकी होर भी इदा दीडियोज़ यू एस रिगार्डिंग भी ड्राइविंग लाइसेंस किमें लैना अपलाई किमें करना कितों लवानी सब कुछ वीडियो रिगार्डिंग आएगी। हजे मैं थोड़ा हिसाब जानी मैं सीख रहा वा हौली हौली अपडेट करते रहेंगे थोड़ा। बाकी चैनल में लाइक करो सबसक्राइब करो वीडियो में तो शेयर जरूर करो वो तो बद तो बाकी होर भी इदा इनफॉर्मेशन वीडियो आदि रहनगियाँ।